वड्डी खबर दा इस वेले रुक करदे आं। बाबा बकाला च निहंग सिंघां दे दो धड़िआं विचाले खूनी झड़प होई है, गोलियां चलियां ने। इत्थे गोली वज्जन कारण एक निहंग सिंघ दी मौत हो गई है, जबकि कई निहंग सिंघ इत्थे जख्मी भी दसे जा रहे ने। जी हां, दोहां धड़िआं च रज के इत्थे गोलियां चलियां ने। बाबा रणजीत सिंह पूला दे धड़े दे नाल संबंधित निहंग सिंघ दी मौत होई है। इत्थे तुहानूं दस दईए कि बाबा अजीत सिंह पूला दी विरासत नूं लैके इह सारा रेड़का चल रिहा, जिस नूं लैके अज्ज झगड़ा होया। 2008 दे विच अजीत सिंह पूला ਨੂੰ ਜੇਲ੍ਹ ਦੇ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ ਤੇਲ ਪਾ ਕੇ। ਰਣਜੀਤ ਸਿੰਘ ਪੁੱਲਾ ਨਿਹੰਗ ਨੂੰ ਅਜੀਤ ਪੁੱਲਾ ਦੀ ਥਾਂ ਤੇ ਗੱਦੀ ਨਿਸ਼ੀਨ ਥਾਪਿਆ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਰੇਡਕਾ ਚੱਲ ਰਿਹਾ, ਪਰ ਅੱਜ ਇਹ ਦੋ ਧੜੇ ਆਪਸ ਦੇ ਵਿੱਚ ਅਜਿਹੇ ਭਿੜੇ ਕਿ ਇੱਥੇ ਗੋਲੀਆਂ ਚੱਲ ਗਈਆਂ ਤੇ ਉਸ ਤੋਂ ਬਾਅਦ ਇੱਕ ਨਿਹੰਗ ਸਿੰਘ ਦੀ ਮੌਤ ਦੀ ਖਬਰ ਆ ਰਹੀ ਹੈ, ਜਦਕਿ ਕਈ ਨਿਹੰਗ ਸਿੰਘ ਇੱਥੇ ਜ਼ਖਮੀ ਦੱਸੇ ਜਾ ਰਹੇ ਨੇ। ਬਾਬਾ ਬਕਾਲਾ ਦੀ ਇਹ ਘਟਨਾ, ਪੁਲਿਸ ਮੌਕੇ ਤੇ ਮੌਜੂਦ। ਕਈ ਨਿਹੰਗ ਸਿੰਘ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਉਹ ਇਸ ਵੇਲੇ ਹਸਪਤਾਲ 'ਚ ਜ਼ੇਰੇ ਇਲਾਜ ਨੇ। खूनी झड़प हुई है इत्थे निहंग सिंघां विचाले, दो धड़े दसे जा रहे ने। दोहां धड़िआं दे विच गद्दी नूं लैके झगड़ा दसिया जा रहा है। रणजीत सिंह पुला निहंग नूं अजीत पुला दी थां ते गद्दी नशीन थापिया गया सी। उस तों बाद दा ही सारा रेड़का चल रहा है ते अज गोलियां वज्जन कारण एक निहंग सिंघ दी मौत हो गई है। खबर ते अपडेट लई फिलहाल सिद्धा रुक करांगे, साडे नाल साडे सहयोगी रजिंदर धालीवाल इस वेले जुड़ चुके ने। रजिंदर, वाकई च ही खूनी झड़प जी हुई है, इस दे विच मंदभागी गल है कि एक निहंग सिंह की मौत भी हो गई, पर की कुछ दस्या जा रहा पूरा रेड़का की वजह बनी? जी बिल्कुल, जो पंजाब दे विच काला दौर सी, जो खाड़कूवाद दा दौर सी, उस समय अजीत सिंह जिहड़ा पूला बड़ा नामी निहंग सीगा, उसका बहुत ज्यादा दबदबा रहा है पंजाब दे विच। और उस समय भी जिहड़ा अजीत सिंह पूला की जेल दे विच उसकी हत्या कर दी गई सी, तेल पा के उसनूं सड़ दिता गया सी। और उस तों बाद उसकी जिहड़ी सारी विरासत सी, जिहड़ा गुरद्वारा सी, ਉਹਦਾ ਕਾਫੀ ਰੇੜਕਾ ਚੱਲ ਰਿਹਾ ਸੀ। ਉੱਥੇ ਰਣਜੀਤ ਸਿੰਘ ਜਿਹੜਾ ਪੁੱਲਾ ਨੇ, ਉਹਨਾਂ ਨੂੰ ਉਹਨਾਂ ਦੀ ਥਾਂ ਤੇ ਗੱਦੀ ਮਸ਼ੀਨ ਜਿਹੜਾ ਉਹਨਾਂ ਨੂੰ ਸਾਫ ਦਿੱਤਾ ਗਿਆ ਸੀ। ਉਹਨਾਂ ਵੱਲੋਂ ਬਾਕੀ ਥਾਵਾਂ ਦੇ ਉੱਤੇ ਤੇ ਜਿਹੜੀ ਵਿਰਾਸਤ ਤੇ ਕਈ ਥਾਵਾਂ ਤੇ ਉਹਨਾਂ ਨੇ ਆਪਣਾ ਕਬਜ਼ਾ ਲੈ ਲਿਆ ਸੀ। ਪਰ ਜਿਹੜਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਆ, ਬਹੁਤ ਵੱਡੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਇਸ ਨੂੰ ਲੈ ਕੇ ਕਾਫੀ ਰੇੜਕਾ ਚੱਲ ਰਿਹਾ ਸੀ, ਕਿਉਂਕਿ ਅਜੀਤ ਸਿੰਘ ਪੂਲਾ ਦੀ ਮੂੰਹ ਬੋਲੀ ਭੈਣ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਉੱਥੇ ਦਵਾ ਕਰ ਰਹੇ ਸਨ, ਔਰ ਦੂਸਰੇ ਬੰਦੇ ਰਣਜੀਤ ਸਿੰਘ ਪੂਲਾ ਜੋ ਨਿਹੰਗ ਹੈ ਉਹ ਉਹਨਾਂ ਵੱਲੋਂ ਦਵਾ ਕੀਤਾ ਜਾ ਰਿਹਾ ਸੀ। ਇਸ ਨੂੰ ਲੈ ਕੇ ਕਾਫੀ ਰੇੜਕਾ ਚੱਲ ਰਿਹਾ ਸੀ। ਅੱਜ ਸਵੇਰੇ ਤੜਕਸਾਰ ਇਹਨਾਂ ਦੋਹਾਂ ਨਿਹੰਗ ਪਾਰਟੀਆਂ ਦੇ ਵਿੱਚ ਕਾਫੀ ਤਕਰਾਰ ਹੋਈ ਹੈ। ਤਕਰਾਰ ਚੱਲਣ ਦੇ ਕਾਰਨ ਗੋਲੀਆਂ ਚੱਲੀਆਂ ਨੇ, ਔਰ ਗੋਲੀਆਂ ਚੱਲਣ ਦੇ ਵਿੱਚ ਜਿਹੜਾ ਸੁਖਰਾਜ ਸਿੰਘ ਹੈ, ਇਹ ਕਲੇਰ ਪਿੰਡ ਵਾਸੀ, ਉਹਦੀ ਮੌਤ ਹੋ ਚੁੱਕੀ ਹੈ ਨਿਹੰਗ ਦੀ। ਬਾਕੀ ਉਹਦੇ ਕਈ ਸਾਥੀ ਜਿਹੜੇ ਸਤਨਾਮ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਹੋਰ ਜਿਹੜੇ ਕਾਫੀ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ। ਔਰ ਇਸ ਘਟਨਾ ਤੋਂ ਬਾਅਦ ਜਿਹੜੀ ਹੈ ਬਿਆਸ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਕਈ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਸਾਰੇ ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਹੈ। ਔਰ ਜਿਹੜੇ ਰਣਜੀਤ ਸਿੰਘ ਪੂਲਾ ਨਿਹੰਗ ਨੇ ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ, ਔਰ ਉਹਨਾਂ ਦੇ ਸਾਥੀਆਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹੁਣ ਮਾਮਲਾ ਕੀ ਹੈ, ਦੂਸਰੀ ਧਿਰ ਵੱਲੋਂ ਕੀ ਇਲਜ਼ਾਮ ਲਾਏ ਜਾਂਦੇ ਨੇ, ਪੁਲਿਸ ਕਿਸ ਨਤੀਜੇ ਤੇ ਪਹੁੰਚਦੀ ਹੈ, ਇਹ ਦੇਖਣਾ ਬਾਕੀ ਹੋਵੇਗਾ। ਪਰ ਇਸ ਖੂਨੀ ਝੜਪ ਦੇ ਵਿੱਚ ਇੱਕ ਨਿਹੰਗ ਜਿਹੜਾ ਉਹ ਮੌਤ ਦੇ ਮੂੰਹ ਵਿੱਚ ਚਲਾ ਗਿਆ, ਔਰ 4-5 ਦੇ ਕਰੀਬ ਜਿਹੜੇ ਨਿਹੰਗ ਨੇ ਉਹਨਾਂ ਨੂੰ ਗੋਲੀਆਂ ਲੱਗਣ ਕਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ। ਜੀ ਬਿਲਕੁਲ, ਬੇਹਦ ਸ਼ੁਕਰੀਆ ਰਜਿੰਦਰ ਸਾਰੀ ਖਬਰ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ। ਪਰ ਵਾਕਿਆ 'ਚ ਇਹ ਮੰਦਭਾਗੀ ਘਟਨਾ ਹੈ ਜਿੱਥੇ ਗੱਦੀ ਨੂੰ ਲੈ ਕੇ ਸਾਰਾ ਰੇੜਕਾ ਚੱਲ ਰਿਹਾ ਸੀ ਤੇ ਅੱਜ ਜਦ ਤਕਰਾਰ ਵਧੀ ਤਾਂ ਗੋਲੀਆਂ ਚੱਲ ਗਈਆਂ ਨਿਹੰਗ ਸਿੰਘਾਂ ਵਿਚਾਲੇ। ਨਿਹੰਗ ਸਿੰਘਾਂ ਨੇ ਇੱਕ ਦੂਜੇ ਦੇ ਉੱਪਰ ਫਾਇਰ ਕੀਤੇ ਤੇ ਗੋਲੀਬਾਰੀ ਦੇ ਵਿੱਚ ਇੱਕ ਨਿਹੰਗ ਸਿੰਘ ਦੀ ਮੌਤ ਵੀ ਹੋ ਗਈ ਦੱਸੀ ਜਾ ਰਹੀ ਹੈ। ਉਸ ਤੋਂ ਬਾਅਦ ਪੁਲਿਸ ਨੇ ਫਿਲਹਾਲ ਮੋਰਚਾ ਸੰਭਾਲ ਲਿਆ। ਪੁਲਿਸ ਅੱਗੇ ਕੀ ਕੁਝ ਕਾਰਵਾਈ ਕਰਦੀ ਹੈ, ਕਿਸ ਦੇ ਉੱਪਰ ਪਰਚਾ ਦਰਜ ਹੋਵੇਗਾ, ਕੌਣ ਦੋਸ਼ੀ ਨਿਕਲੇਗਾ, ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਕ ਨਿਹੰਗ ਸਿੰਘ ਦੀ ਇਸ ਖੂਨੀ ਝੜਪ ਦੇ ਵਿੱਚ ਜਾਨ ਜਾ ਚੁੱਕੀ ਹੈ।